ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਡੇਲੀ ਪੋਸਟ ਪੰਜਾਬੀ। ਮੈਂ ਹਾਂ ਤੁਹਾਡੇ ਨਾਲ ਮਨਪ੍ਰੀਤ। ਇਸ ਵਕਤ ਦੀ ਸਭ ਤੋਂ ਵੱਡੀ ਖਬਰ ਨਾਲ ਤੁਹਾਨੂੰ ਰੂਬਰੂ ਕਰਵਾਉਣ ਜਾ ਰਿਹਾ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਮਨੀਸ਼ਾ ਗੁਲਾਟੀ ਦੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਰਹੀਆਂ ਨੇ। ਕੈਬਨਿਟ ਮੰਤਰੀ ਚਰਨਜੀਤ ਚੰਨੀ ਉਹਨਾਂ ਦੇ ਖਿਲਾਫ਼ ਮਾਨਹਾਨੀ ਦਾ ਮਾਮਲਾ ਜਿਹੜਾ ਦਰਜ ਕਰਵਾ ਸਕਦੇ ਨੇ। ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਜਿਹੜੀ ਹੈ ਸਾਹਮਣੇ ਆ ਰਹੀ ਹੈ। ਤੁਹਾਨੂੰ ਦੱਸ ਦਈਏ ਕਿ ਮਨੀਸ਼ਾ ਗੁਲਾਟੀ ਨੇ ਕੁਝ ਦਿਨ ਪਹਿਲਾਂ ਪ੍ਰੈਸ ਕਾਨਫਰੰਸ ਕੀਤੀ ਸੀ। 2018 ਦਾ ਜਿਹੜਾ ਇੱਕ ਪੁਰਾਣਾ ਮਾਮਲਾ ਸੀ ਉਸਨੂੰ ਇੱਕ ਵਾਰ ਫਿਰ ਤੋਂ ਜੱਗ ਜ਼ਾਹਿਰ ਕੀਤਾ ਸੀ, ਜਿਸ ਉੱਤੇ ਉਹਨਾਂ ਨੇ ਜਿਹੜੀ ਪ੍ਰੈਸ ਵਾਰਤਾ ਕਰਕੇ ਜਵਾਬ ਮੰਗਿਆ ਸੀ। ਔਰ ਉਸੇ ਮਾਮਲੇ ਦੇ ਉੱਤੇ ਹੀ ਕੈਬਨਿਟ ਮੰਤਰੀ ਚਰਨਜੀਤ ਚੰਨੀ ਭੜਕੇ ਹੋਏ ਦਿਖਾਈ ਦਿੱਤੇ ਨੇ। ਔਰ ਸੂਤਰਾਂ ਦੇ ਹਵਾਲੇ ਤੋਂ ਇਹ ਖਬਰ ਸਾਹਮਣੇ ਆਈ ਹੈ ਕਿ ਚਰਨਜੀਤ ਚੰਨੀ ਉਹਨਾਂ ਦੇ ਖਿਲਾਫ਼ ਜਿਹੜਾ ਹੈ ਮਾਨਹਾਨੀ ਦਾ ਮਾਮਲਾ ਦਰਜ ਕਰਵਾ ਸਕਦੇ ਨੇ। ਇਸ ਪੂਰੀ ਖਬਰ ਦੇ ਉੱਤੇ ਜਾਣਕਾਰੀ ਦੇ ਲਈ ਆਪਣੇ ਸਹਿਯੋਗੀ ਮਰਿੰਡਾ ਤੋਂ ਗਗਨ ਸ਼ੁਕਲਾ ਦੇ ਨਾਲ ਗੱਲਬਾਤ ਕਰਾਂਗੇ। ਗਗਨ, ਕੀ ਜਾਣਕਾਰੀ ਹੈ, ਪੂਰਾ ਮਾਮਲਾ ਕੀ ਹੈ, ਆਖਿਰਕਾਰ ਕੀ ਕੁਝ ਹੋ ਸਕਦਾ ਇਸ ਪੂਰੇ ਮਾਮਲੇ ਦੇ ਵਿੱਚ? ਜੀ ਬਿਲਕੁਲ ਮਨਪ੍ਰੀਤ, ਤੁਹਾਨੂੰ ਦੱਸ ਦੇਣਾ ਚਾਹੁੰਦਾ ਕਿ ਮਾਮਲਾ ਜਿਹੜਾ ਇਹ ਮੀ ਟੂ ਦਾ ਮਾਮਲਾ ਹੈ। ਔਰ ਕਰੀਬ 2-2.5 ਸਾਲ ਪਹਿਲਾਂ ਜਿਹੜਾ ਇੱਕ IAS ਅਧਿਕਾਰੀ ਨੂੰ ਮੈਸੇਜ ਕਰਨ ਨੂੰ ਲੈ ਕੇ ਜਿਹੜਾ ਇਹ ਮਾਮਲਾ ਭਖਿਆ ਸੀ, ਔਰ 2.5 ਸਾਲ ਪਹਿਲਾਂ ਜੇ ਗੱਲ ਕੀਤੀ ਜਾਵੇ ਤਾਂ ਚੰਨੀ ਵੱਲੋਂ ਇਹ ਮਾਫ਼ੀ ਮੰਗ ਲਈ ਸੀ, ਜਿਸ ਦੇ ਚੱਲਦੇ ਮੁੱਦਾ ਜਿਹੜਾ ਇਹ ਠੰਡੇ ਪਾਸੇ 'ਚ ਪੈ ਗਿਆ ਸੀ। ਪਰ ਹੁਣ ਜੇ ਗੱਲ ਕੀਤੀ ਜਾਵੇ ਕਾਂਗਰਸ ਪਾਰਟੀ ਦੀ, ਤਾਂ ਕਾਂਗਰਸ ਪਾਰਟੀ ਦੇ ਵਿੱਚ ਮਨਪ੍ਰੀਤ ਘਮਸਾਨ ਮਚਿਆ ਹੋਇਆ। ਜਿਹੜੇ ਨੇ ਚਰਨਜੀਤ ਚੰਨੀ ਉਹ ਦਲਿਤ ਵਰਗ ਦੀ ਗੱਲ ਕਰਦੇ ਨੇ, ਟੈਬਲ ਕਲਾਂ ਗੋਲੀ ਕਾਂਡ ਦੀ ਗੱਲ ਕਰਦੇ ਨੇ, ਔਰ ਜੇ ਗੱਲ ਕੀਤੀ ਜਾਵੇ ਤਾਂ ਲਗਾਤਾਰ ਮੁੱਖ ਮੰਤਰੀ ਪੰਜਾਬ ਕੈਪਟਨ ਅਮਰਿੰਦਰ ਸਿੰਘ ਤੇ ਜਿਹੜਾ ਹਮਲਾਵਰ ਰੁੱਖ ਹੈ, ਉਹ ਜਿਹੜਾ ਕਈ ਕਾਂਗਰਸੀ ਮੰਤਰੀ ਔਰ ਕਾਫੀ ਜਿਹੜੇ ਵਿਧਾਇਕ ਨੇ ਉਹਨਾਂ ਨੇ ਅਪਣਾਇਆ ਹੋਇਆ। ਜਿਸ ਦੇ ਚੱਲਦੇ ਹੋਏ ਜੇ ਮੁੱਖ ਮੰਤਰੀ ਪੰਜਾਬ ਦੀ ਗੱਲ ਕੀਤੀ ਜਾਵੇ ਤਾਂ ਇਹ ਸੁਖਜਿੰਦਰ ਰੰਧਾਵਾ ਹੋਣ, ਉਹਨਾਂ ਖਿਲਾਫ਼ ਕੇਸ ਦੀ ਗੱਲ ਹੋ ਰਹੀ ਹੈ। ਚਰਨਜੀਤ ਚੰਨੀ ਹੋਣ, ਨਵਜੋਤ ਸਿੰਘ ਸਿੱਧੂ ਦੇ ਕਰੀਬੀ ਹੋਣ, ਔਰ ਵਿਜੀਲੈਂਸ ਦੇ ਉਹ ਤਮਾਮ ਜਿਹੜੇ ਅਫਸਰਾਂ ਨੇ ਉਹਨਾਂ ਨੂੰ ਕੇਸ ਨੇ ਉਹ ਜਿਹੜੇ ਖੁੱਲੇ ਜਾ ਰਹੇ ਨੇ। ਇਸੇ ਲੜੀ ਦੇ ਤਹਿਤ ਚਰਨਜੀਤ ਚੰਨੀ ਦਾ ਮੀ ਟੂ ਦਾ ਮਾਮਲਾ ਵੀ ਜਿਹੜਾ ਉਹ ਸੁਰਖੀਆਂ ਦੇ ਵਿੱਚ ਆਇਆ, ਜਿਸ ਦੇ ਚੱਲਦੇ ਮਨੀਸ਼ਾ ਗੁਲਾਟੀ ਜੋ ਕਿ ਜਿਹੜੀ ਮਹਿਲਾ ਕਮਿਸ਼ਨ ਦੀ ਚੇਅਰਪਰਸਨ ਨੇ, ਉਹਨਾਂ ਨੇ ਕਿਹਾ ਕਿ ਸਰਕਾਰ 7 ਦਿਨ ਦੇ ਵਿੱਚ ਸਾਨੂੰ ਇਹ ਜਵਾਬ ਤਲਬ ਕਰੇ, ਨਹੀਂ ਤਾਂ ਉਹ ਮਟਕਾ ਚੌਂਕ ਚੰਡੀਗੜ੍ਹ ਵਿਖੇ ਧਰਨਾ ਦੇਣਗੇ। ਜੀ ਜੀ, ਗਗਨ ਸ਼ੁਕਲਾ ਪੁੱਛਣਾ ਚਾਹਾਂਗੇ, ਜਿੱਦਾਂ ਕਿ ਉਹਨਾਂ ਨੇ ਇਹ ਵੀ ਪ੍ਰੈਸ ਵਾਰਤਾ ਦੇ ਵਿੱਚ ਕਿਹਾ ਸੀ ਕਿ ਜੇਕਰ ਇਸ ਮਾਮਲੇ ਨੂੰ ਲੈ ਕੇ ਜੇਕਰ ਉਹਨਾਂ ਨੂੰ ਕੋਈ ਧਮਕੀ ਮਿਲਦੀ ਹੈ, ਜਾਨੋ ਮਾਰਨ ਦੀ, ਜਾਂ ਉਹਨਾਂ ਨੂੰ ਹਰਾਸਮੈਂਟ ਕੀਤਾ ਜਾਂਦਾ ਇਸ ਪੂਰੇ ਮਾਮਲੇ ਨੂੰ ਲੈ ਕੇ, ਉਸਦੀ ਜ਼ਿੰਮੇਦਾਰ ਹੈ, ਸਿੱਧੇ ਐਲੀਗੇਸ਼ਨ ਲਗਾਏ ਸੀ ਕਿ ਪੰਜਾਬ ਸਰਕਾਰ ਹੋਵੇਗੀ, ਸਿਆਸਤ ਪੂਰੀ ਤਰ੍ਹਾਂ ਗਰਮਾਈ ਹੋਈ ਹੈ ਇਸ ਮਾਮਲੇ ਨੂੰ ਲੈ ਕੇ। ਬਿਲਕੁਲ ਬਿਲਕੁਲ ਬਿਲਕੁਲ, ਚਰਨਜੀਤ ਚੰਨੀ ਨਾਲ ਜਿਹੜੀ ਸਾਡੀ ਗੱਲ ਹੋਈ ਹੈ, ਉਹਨਾਂ ਦਾ ਕਹਿਣਾ ਸੀਗਾ ਕਿ ਮੈਂ ਦਲਿਤ ਵਰਗ ਤੋਂ ਆਉਣਾ ਹੈ, ਗਰੀਬ ਪਰਿਵਾਰ ਨੂੰ ਬਿਲੋਂਗ ਕਰਦਾ, ਇਸ ਕਰਕੇ ਸਰਕਾਰ, ਹਾਲਾਂਕਿ ਉਹਨਾਂ ਨੇ ਮੁੱਖ ਮੰਤਰੀ ਪੰਜਾਬ ਦਾ ਨਾਮ ਨਹੀਂ ਲਿਆ, ਪਰ ਜਿਹੜਾ ਸਿੱਧੇ ਤੌਰ ਤੇ ਟਾਰਗੇਟ ਉਹਨਾਂ ਨੂੰ ਹੀ ਕੀਤਾ ਗਿਆ ਕਿ ਮੈਨੂੰ ਉਹ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਹੈ। ਉਸ ਤੇ ਗੱਲ ਤੁਸੀਂ ਮਨੀਸ਼ਾ ਗੁਲਾਟੀ ਜੀ ਕਰ ਰਹੇ ਹੋ, ਬਿਲਕੁਲ ਉਹਨਾਂ ਨੇ ਕਿਹਾ ਸੀਗਾ ਕਿ ਜਿਹੜੇ ਮੈਨੂੰ IAS ਅਧਿਕਾਰੀ ਨੇ ਜਿਹੜੇ ਉਹ ਕਾਲ ਕਰ ਰਹੇ ਨੇ ਕਿ ਤੁਸੀਂ ਕਿਉਂ ਨਹੀਂ ਇਹਦਾ ਸੰਗਿਆਨ ਲਿਆ, ਜਿਸ ਦੇ ਚੱਲਦੇ ਉਹਨਾਂ ਨੇ ਕਿਹਾ ਕਿ ਸਰਕਾਰ ਨੂੰ ਜਵਾਬ ਦੇਣਾ ਪਊਗਾ, ਸਰਕਾਰ 7 ਦਿਨ ਦੇ ਅੰਦਰ ਅੰਦਰ ਜਵਾਬ ਦੇਵੇ, ਨਹੀਂ ਉਹ ਇਸ ਨੂੰ ਲੈ ਕੇ ਭੁੱਖ ਹੜਤਾਲ ਤੇ ਬੈਠਣਗੇ। ਮਨਪ੍ਰੀਤ ਜੀ, ਗਗਨ ਇਹ ਵੀ ਪੁੱਛਣਾ ਚਾਹਾਂਗੇ, ਕਦ ਤੱਕ ਇਹ ਮਾਮਲਾ ਦਰਜ ਹੋ ਸਕਦਾ ਹੈ, ਕਿ ਗੱਲਬਾਤ ਦੇ ਵਿੱਚ ਹੀ ਰਹੇਗਾ ਜਾਂ ਵਾਕਈ ਇਸ ਤੇ ਕੋਈ ਐਕਸ਼ਨ ਲਿਆ ਜਾਵੇਗਾ? ਬਿਲਕੁਲ, ਜੇ ਮਨਪ੍ਰੀਤ ਗੱਲ ਕਹੀ ਜਾਵੇ, ਜਿਸ ਦੇ ਖਿਲਾਫ ਵੀ ਕਾਰਵਾਈ ਦੀ ਗੱਲ ਹੋਈ ਹੈ, ਚਾਹੇ ਉਹ ਪ੍ਰਗਟ ਸਿੰਘ ਹੋਣ, ਉਹਨਾਂ ਨੇ ਕਿਹਾ ਕਿ ਸੰਦੀਪ ਸੰਧੂ ਮੈਨੂੰ ਕਾਲ ਕਰਦੇ ਨੇ ਤੇ ਧਮਕੀ ਦਿੰਦੇ ਨੇ ਕਿ ਤੁਹਾਨੂੰ ਠੋਕਣਾ, ਔਰ ਉਹਨਾਂ ਨੇ ਪ੍ਰੈਸ ਕਾਨਫਰੰਸ ਕੀਤੀ ਹੈ। ਹਾਲਾਂਕਿ ਪ੍ਰਤਾਪ ਜਿਹੜੇ ਪ੍ਰਤਾਪ ਸਿੰਘ ਬਾਜਵਾ ਨੇ ਉਹ ਵੀ ਲਗਾਤਾਰ ਪ੍ਰੈਸ ਕਾਨਫਰੰਸ ਕਰ ਰਹੇ ਨੇ, ਔਰ ਸੁਖਜਿੰਦਰ ਰੰਧਾਵਾ ਖੁੱਲੇ ਤੌਰ ਤੇ CM ਨਾਲ ਗੱਲ ਕਰ ਰਹੇ ਨੇ। ਪਰ ਜੇ ਚਰਨਜੀਤ ਚੰਨੀ ਦੀ ਗੱਲ ਕੀਤੀ ਜਾਵੇ ਤਾਂ ਸਭ ਤੋਂ ਵੱਡੀ ਗੱਲ ਹੈ, ਚਰਨਜੀਤ ਸਿੰਘ ਚੰਨੀ ਹੁਣ ਤੱਕ ਮੀਡੀਆ ਦੇ ਸਾਹਮਣੇ ਨਹੀਂ ਆਏ, ਔਰ ਆਫ ਦਾ ਰਿਕਾਰਡ ਗੱਲ ਇਹ ਹੈ ਕਿ ਹਰੀਸ਼ ਰਾਵਤ ਵੱਲੋਂ ਉਹਨਾਂ ਨੂੰ ਰੋਕਿਆ ਗਿਆ ਕਿ ਮਾਮਲਾ ਜਿਹੜਾ ਇਹ ਸੁਲਝਾਉਣ ਦੀ ਕੋਸ਼ਿਸ਼ ਜ਼ਰੂਰ ਹੋਊਗੀ, ਪਰ ਕਿਤੇ ਨਾ ਕਿਤੇ ਜਿਹੜਾ ਇਲੈਕਸ਼ਨ ਦਾ ਵਰਾ ਹੈ, 6 ਮਹੀਨੇ ਬਾਅਦ ਇਲੈਕਸ਼ਨ ਨੇ, ਉਸ ਤੋਂ ਬਾਅਦ ਜੇ ਕਾਂਗਰਸ ਦੀ ਗੱਲ ਕੀਤੀ ਜਾਵੇ ਤਾਂ ਜਿਹੜੇ ਕਾਂਗਰਸ ਉਹ ਆਪਸ ਦੇ ਵਿੱਚ ਉਲਝੀ ਹੋਈ ਨਜ਼ਰ ਆ ਰਹੀ ਹੈ, ਨਾ ਕਿ ਲੋਕਾਂ ਦੇ ਕੰਮ ਕਰਨ ਦੀ ਗੱਲ ਹੋ ਰਹੀ ਹੈ। ਜੀ ਜੀ ਗਗਨ, ਯਾਨੀ ਕਿ ਕੁੱਲ ਮਿਲਾ ਕੇ ਕਹਿ ਸਕਦੇ ਹਾਂ ਕਿ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਪੂਰਾ ਮਾਮਲਾ ਭਖ ਵੀ ਸਕਦਾ ਹੈ? ਬਿਲਕੁਲ ਭਖ ਸਕਦਾ ਨਹੀਂ, ਬਿਲਕੁਲ ਭਖਿਆ ਹੋਇਆ ਮਨਪ੍ਰੀਤ, ਕਿਉਂਕਿ ਚਰਨਜੀਤ ਚੰਨੀ ਕਹਿੰਦੇ ਨੇ ਕਿ ਅਸੀਂ ਮੁੱਖ ਮੰਤਰੀ ਪੰਜਾਬ ਤੋਂ ਮੈਨੀਫੈਸਟੋ ਦੀ ਗੱਲ ਕਰਦੇ ਹਾਂ, ਕਿ ਮੈਨੀਫੈਸਟੋ ਦੇ ਵਿੱਚ ਵਾਅਦੇ ਕੀਤੇ ਸੀਗੇ, ਜੋ ਵਾਅਦੇ ਕੀਤੇ ਸੀਗੇ ਕੀ ਅਸੀਂ ਉਹ ਪੂਰੇ ਕੀਤੇ ਆ, ਅਗਰ ਉਹ ਕੋਈ ਰਹਿੰਦੇ ਆ ਤਾਂ ਉਹ ਕਿਉਂ ਨਹੀਂ ਪੂਰੇ ਕੀਤੇ? ਤਾਂ ਉਹਨਾਂ ਦਾ ਕਹਿਣਾ ਕਿ ਮੁੱਖ ਮੰਤਰੀ ਪੰਜਾਬ ਇਹਨਾਂ ਵਾਅਦਿਆਂ ਦੀ ਗੱਲ ਕਰਨ ਤੋਂ ਮੁੱਕਰਦੇ ਨੇ, ਔਰ ਅਸੀਂ ਜੋ ਕਿ ਕਿਉਂਕਿ ਲੋਕਾਂ ਦੇ ਵਿੱਚ ਜਾਣਾ, ਮਨਪ੍ਰੀਤ ਜਿਹੜੇ ਕਾਂਗਰਸੀ ਲੋਕਲ ਲੀਡਰ ਨੇ ਉਹਨਾਂ ਦਾ ਕਹਿਣਾ ਕਿ ਲੋਕਾਂ ਨੇ ਸਾਨੂੰ ਪਿੰਡਾਂ 'ਚ ਨਹੀਂ ਵੜਨ ਦੇਣਾ, ਕਿਉਂਕਿ ਅਸੀਂ ਵਾਅਦੇ ਬਹੁਤ ਵੱਡੇ ਵੱਡੇ ਕੀਤੇ ਸੀ, ਪਰ ਮੁੱਖ ਮੰਤਰੀ ਪੰਜਾਬ ਜਾਂ ਕਾਂਗਰਸ ਪਾਰਟੀ ਇਹਨਾਂ ਨੂੰ ਲੈ ਕੇ ਸੀਰੀਅਸ ਲੱਗਦੀ ਨਜ਼ਰ ਨਹੀਂ ਆ ਰਹੀ, ਔਰ ਜਿਸ ਦੇ ਚੱਲਦੇ ਕਿਉਂਕਿ ਸਭ ਤੋਂ ਵੱਡੀ ਗੱਲ ਮਨਪ੍ਰੀਤ ਇੱਕ ਹੈ, ਜੋ ਜਿਹੜੀਆਂ ਗੱਲਾਂ ਕਾਂਗਰਸੀ ਮੰਤਰੀ ਕਰ ਰਹੇ ਨੇ ਉਹ ਆਪੋਜੀਸ਼ਨ ਦੇ ਸਵਾਲ ਨੇ, ਹੁਣ ਅੰਦਰੂਨੀ ਕਲੇਸ਼ ਇਹ ਹੈ ਕਿ ਆਪਸ ਦੇ ਵਿੱਚ ਹੀ ਜਿਹੜੀ ਕਾਂਗਰਸ ਪਾਰਟੀ ਹੈ ਫਿਲਹਾਲ ਉਲਝੀ ਨਾ ਹੋਈ। ਬਿਲਕੁਲ 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 ਸਹੀ ਕਿਹਾ ਤੁਸੀਂ। ਫਿਲਹਾਲ ਗਗਨ, ਜਾਣਕਾਰੀ ਦੇਣ ਲਈ ਧੰਨਵਾਦ। ਇਹ ਸਨ ਸਾਡੇ ਸਹਿਯੋਗੀ ਗਗਨ ਸ਼ੁਕਲਾ, ਜਿਨ੍ਹਾਂ ਨੇ ਜਾਣਕਾਰੀ ਦਿੱਤੀ ਕਿ ਮਨੀਸ਼ਾ ਗੁਲਾਟੀ ਦੀਆਂ ਜਿਹੜੀਆਂ ਮੁਸ਼ਕਿਲਾਂ ਵਧਦੀਆਂ ਹੋਈਆਂ ਨਜ਼ਰ ਆ ਸਕਦੀਆਂ ਨੇ, ਕਿਉਂਕਿ ਚਰਨਜੀਤ ਚੰਨੀ